ਜਦੋਂ ਤੁਸੀਂ ਸਾਰੇ ਕੱਪੜੇ ਲਾ ਕੇ ਵਿਖਾਏ ਨਾ, ਦੁੱਖ ਭੰਜਣੀ ਬੇਰੀ ਥੱਲੇ ਨਾ ਮੈਂ ਉਹਨੇ ਉਦੋਂ ਤੇ ਧਾਰ ਲਿਆ ਮੈਂ, ਮੈਨੂੰ ਮਹਾਰਾਜ ਕਿਤੇ ਉਹ ਇਨਸਾਨ ਨਾ ਮਿਲਾਈ ਜ਼ਰੂਰ। ਦੇਖੋ ਗੱਲ ਮੇਰੇ ਨਾ ਮਾਇੰਡ 'ਚ ਘੁੰਮਦੀ ਰਹਿੰਦੀ ਆ ਕਿ ਜੇਕਰ ਮੈਂ ਠੀਕ ਨਾ ਹੁੰਦਾ, ਹੋ ਸਕਦਾ ਮੈਂ ਹੀ ਕਿਸੇ ਆਸ਼ਰਮ 'ਚ ਵਿਆਹ ਹੁੰਦਾ। ਦੁਨੀਆਂ ਦੇ ਵਿੱਚ ਨਾ ਜਦੋਂ ਕੋਈ ਇਨਸਾਨ ਪੜ੍ਹ ਲਿਖ ਕੇ ਜਦੋਂ ਮਚੋਰ ਹੁੰਦਾ, ਜਦੋਂ ਸਮਝ 'ਚ ਆਉਂਦਾ, ਮਾੜੀ ਮੋਟਾ ਸਮਝ ਆਉਂਦੀ ਹੈ ਸਾਨੂੰ ਦੁਨੀਆਦਾਰੀ ਬਾਰੇ, ਹਰ ਬੰਦਾ ਕੋਈ ਨਾ ਕੋਈ ਕੰਮ ਕਾਰ ਲਈ ਘਰੋਂ ਨਿਕਲਦਾ, ਕੋਈ ਦੁਕਾਨਾਂ ਖੋਲ੍ਹਦਾ, ਕੋਈ ਆਪਦਾ ਖੇਤੀਬਾੜੀ ਕਰਦਾ, ਕੋਈ ਨੌਕਰੀਆਂ ਕਰਦਾ, ਫਾਰਮ ਭਰਦਾ ਕੋਈ ਨਾ ਕੋਈ, ਹੈ ਨਾ। ਤੁਸੀਂ ਵੀ ਇੱਕ ਫਾਰਮ ਭਰਿਆ ਸੀ ਜਿਹੜਾ ਤੁਹਾਨੂੰ ਨਹੀਂ ਪਤਾ ਲੱਗਿਆ, ਉਸ ਘਰ ਦੇ ਵਿੱਚ ਉਹ ਫਾਰਮ ਮਨਜ਼ੂਰ ਹੋਇਆ ਅਤੇ ਤੁਹਾਨੂੰ ਉਹਨੇ ਨੌਕਰੀ ਦਿੱਤੀ ਆਪਦੇ ਘਰ ਦੀ। ਹੁਣ ਗੁਰੂ ਦੇ ਘਰ ਦੀ ਨੌਕਰੀ ਕਰਦੇ, ਉਹਨੇ ਚੁਣਿਆ ਤੁਹਾਨੂੰ ਆਪਣੇ ਲਈ। ਬਾਬਾ ਰਤਨਦੇਵ ਸੇਵਾ ਸੁਸਾਇਟੀ ਤਰਨ ਤਾਰਨ ਤੋਂ ਸਾਡੀਆਂ ਮੂਵੀਆਂ ਮੈਂ ਵੇਖਦੀ ਹਾਂ ਵਟਸਐਪ 'ਤੇ। ਕਿਹੜਾ ਨਗਰ ਆਪਣੇ ਮਤੇ? ਇਹ ਗਿਰਲੀ ਸੇਵਾ ਪਿੰਡ ਹੀ ਹੈ। ਹਾਂਜੀ ਹਾਂਜੀ, ਬੜੀ ਬਹੁਤ ਕਿਰਪਾ ਵਾ ਤੁਹਾਡੇ। ਮੈਂ ਫੋਨ ਨਹੀਂ ਨਾਲ ਲੈਂਦਾ, ਮੈਂ ਫੋਟੋ ਖਿੱਚਣੀ ਭਰਾ ਦਾ ਸੀ ਮਹਾਰਾਜ, ਕਿਰਪਾ ਕਰਨਾ। ਪਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹੋਰ ਠੀਕ ਠਾਕ ਮਾਤਾ ਜੀ? ਠੀਕ ਹੈ, ਬੜਾ ਸੜਾ ਹੋ ਜੇ ਮੇਰਾ ਮੇਰਾ ਕਿਤੇ ਦਰਸ਼ਨ ਹੋਣ ਦੀ ਮਾਤਾ ਜੀ। ਹਾਂਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਵਾਹਿਗੁਰੂ ਮਾਤਾ ਜੀ ਤੁਹਾਡਾ ਪਿਆਰ ਹੋ ਮਾਵਾਂ ਦਾ, ਵਾਹਿਗੁਰੂ ਧੰਨ ਗੁਰੂ ਰਾਮਦਾਸ, ਕਿਰਪਾ ਕੀਤੀ ਮਾਲਕ, ਵਾਹਿਗੁਰੂ ਸ਼ੁਕਰ ਸ਼ੁਕਰ। ਹਾਂਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੇ ਅਰਦਾਸ ਕਰੋ ਕਿ ਰੱਬ ਸਾਨੂੰ ਇਮਾਨਦਾਰੀਆਂ ਦੇਵੇ, ਠੀਕ ਹੈ ਜੀ। ਉਹ ਜੇ ਇਮਾਨਦਾਰੀ ਰਹੂਗੇ ਤੇ ਫਿਰ ਵਾਹਿਗੁਰੂ ਵੀ ਸਾਨੂੰ ਤੰਦਰੁਸਤੀ ਦੇਊਗਾ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ ਸਹਾਈ ਹੋਣ ਵਾਲਾ ਸਾਰਿਆਂ ਦਾ। ਮੈਂ ਤੁਹਾਡੀ ਬੜੀ ਮੂਵੀ ਵੇਖੀ ਹਾਂਜੀ ਯੂਟਿਊਬ ਤੇ, ਅਮਰੀਕਾ ਤੋਂ ਗੁਰਨਾਮ ਸਿੰਘ ਨੇ ਸੇਵਾ ਭੇਜੀ ਸੀ, ਭੇਜੀ ਰਿਸ਼ਤੇਦਾਰ ਦੇਖੇ ਸੀ ਸੇਵਾ। ਹਾਂਜੀ, ਮੈਂ ਬੜੇ ਚਿਰ ਦੀ ਪਛਾਣਨ ਡਈ ਹਾਂ ਤੁਹਾਨੂੰ, ਆਪਣੀ ਨਾ ਗੁਰਦੁਆਰਾ ਸਾਹਿਬ ਆਪਣੇ ਪਿੰਡ ਬਾਬਾ ਰਤਨਦੇਵ ਜੀ, ਉਹਨਾਂ ਦੇ ਨਾਂ ਤੇ ਸੰਸਥਾ ਦਾ ਨਾਂ ਉਹਨਾਂ ਦੇ ਨਾਂ ਤੇ ਆ। ਮੈਂ ਆਪਣਾ ਨਾਂ ਮਤਲਬ ਕਿ ਵੀਡੀਓ ਚ ਨਹੀਂ ਬੋਲਦਾ ਨਹੀਂ ਹੁੰਦਾ, ਬਾਬਾ ਰਤਨਦੇਵ ਸੇਵਾ ਸੈਟੀ ਆ ਜੀ। ਹਾਂਜੀ, ਮੈਂ ਮਹਾਂਦਰ ਤੋਂ ਪਛਾਣਨ ਡਈ, ਮੈਂ ਕਹਿੰਦੀ ਮੈਨੂੰ ਲੱਗਣ ਉਹ ਹੀ ਡਏ ਆ ਤੇ ਪਰ ਮੈਂ ਹਾਲੇ ਪਤਾ ਨਹੀਂ। ਚਲੋ ਚੱਲੀ ਕਰਨ ਫਿਰ। ਨਹੀਂ ਬਾਸ, ਧੰਨਵਾਦ ਭੈਣੇ ਬਹੁਤ। ਪਰਿਵਾਰ ਨਾਲ ਚੱਲੇ ਆ ਜੋ। ਆ ਨਹੀਂ, ਮੇਰੇ ਫਰੈਂਡ ਆਏ ਨਾਲ, ਸੇਵਾ ਸੇਵਾਦਾਰ ਆਏ ਨਾਲ। ਮੈਂ ਹੁਣ ਅੰਮ੍ਰਿਤਸਰ ਜਾਣਾ ਸੀ ਮਾਤਾ ਜੀ, ਹੋਰ ਸੁਣਾ ਮਾਤਾ ਜੀ ਠੀਕ ਠਾਕ ਜੀ? ਇਹ ਜਦ ਆਪ ਕਰ ਫੇਰਾ ਪਾ ਜਾਂਦੇ ਸਾਰੇ ਵੀਰ ਨਾਰੇ ਹੁੰਦੇ, ਸਾਰੇ ਹੁੰਦੇ ਕਰ ਫੇਰਾ ਪਾ।
ਕੋਈ ਗੱਲ ਨੀ ਮਾਤਾ ਜੀ, ਆਉਂਦੇ ਜਾਂਦੇ ਜ਼ਰੂਰ ਆਵਾਂਗੇ। ਹਾਂਜੀ ਆਉਂਦੇ ਜਾਂਦੇ ਕਿੱਥੇ ਘਰ ਕਿੱਥੇ ਨਾਮ ਸੀ ਜੀ ਦਾ ਅਰੁਣ ਦੇ ਆ। ਹਾਂਜੀ ਪੁਨਰਦੇਵ। ਹਾਂਜੀ ਹਾਂਜੀ ਆਪਣੀ ਵਾਹਵਾ ਦੀ ਗੱਲ ਇੱਥੇ ਹੀ ਮਿਲੇ ਸੀ ਤੇ ਹੁਣ ਤੁਹਾਡੀ ਵੀਡੀਓ ਕਾਲ ਪੱਕੀ ਨਹੀਂ ਵੇਖਣ ਦੇ। ਅੱਛਾ ਜੀ, ਮੈਂ ਤਾਂ ਤੁਹਾਨੂੰ ਕਾਲ ਕਰਨ ਵੀ ਲੱਗਾ ਸੀਗਾ। ਅੱਛਾ ਜੀ, ਹੋਰ ਸਾਰਾ ਠੀਕ ਹੈ? ਜਿੱਦਾਂ ਹੀ ਬਹੁਤ ਬਹੁਤ ਵਧੀਆ ਕਿਰਪਾ। ਚੰਗੇ ਮਾਨ ਤੇ ਮੈਂ ਉੱਥੇ ਆਪਾਂ ਮਿਲੇ ਸੀ ਇੱਥੇ ਮਿਲੇ ਇੱਥੇ ਹੋਰ ਸਿਹਤਾਂ ਸੁਣਾਓ ਠੀਕ ਹੈ ਜੀ? ਕਿੱਦਾਂ ਚੱਲਦੀਆਂ ਸੇਵਾ? ਬਹੁਤ ਵਧੀਆ, ਚਲੋ ਸ਼ੁਕਰ ਸ਼ੁਕਰ ਰੱਬ ਦਾ ਸ਼ੁਕਰ ਹੈ ਜੀ। ਕਿਹਦੇ ਆਏ ਹੋ ਦਰਸ਼ਨ ਦਿਓ ਹੁੰਦੇ ਜਾਂਦੇ? ਜ਼ਰੂਰ ਜੀ। ਨਾ ਪੁੱਤੇ ਨਾ ਪੁੱਤੇ, ਇਹ ਮੇਰਾ ਛੋਟਾ ਬੇਟਾ ਸੀ। ਹਾਂ ਹੋਰ ਠੀਕ ਠਾਕ ਪੁੱਤੇ ਜੀ? ਅੱਜ ਛੋਟੋ ਛੁੱਟੀ ਮਾਰੀ ਸਕੂਲ ਫਿਰ? ਨਹੀਂ ਗਈ, ਸਕੂਲ ਪੇਪਰ ਹੋ ਗਏ ਨਾ ਆ ਗਏ। ਹਾਂਜੀ ਹੁਣ ਜ਼ਰੂਰ ਆਉਣਾ ਜੇ ਵਿੱਚ। ਕੋਈ ਗੱਲ ਨਹੀਂ, ਬੈਠੇ ਹੁਣੇ ਆਉਂਦੇ ਆ, ਆ ਵੀਡੀਓ ਨਾਲ ਮਿਲ ਕੇ ਆਉਂਦੇ ਆ। ਸਿੰਘ ਸਜਾਤੇ ਆ ਜੀ। ਆ ਵਧੀਆ ਗੱਲ ਮਾਤਾ ਜੀ, ਬਹੁਤ ਵਧੀਆ ਗੱਲ ਆ ਜੀ। ਆ ਸਿੰਘ ਸਜਾਤੇ। ਹਾਂਜੀ ਵਾਹਿਗੁਰੂ ਦੀ ਕਿਰਪਾ। ਸ਼ੁਕਰ ਨਿੱਕੇ ਨਿੱਕੇ ਬੁੱਕੇ ਲਾਏ ਆ ਨਾ ਗੁਰੂ ਰਾਮਦਾਸ ਜੀ। ਨਮਲੇ ਭਾਜੀ ਹੁਣੀ ਬਹੁਤ ਤਗੜੀ ਸੇਵਾ ਨਿਭਾ ਰਹੇ। ਲਾਤਰ ਕਸਮ ਜੋ ਭਾਜੀ ਨਾ। ਕਿਹੜਾ ਨਗਰ ਆਪਣਾ? ਆਪਣਾ ਬਾਬਾ ਜੀ ਵੱਲਾ। ਵੱਲਾ ਹੈਪੀ ਹੋਣਾ ਵਾਲਾ। ਹਾਂਜੀ ਹਾਂਜੀ ਉਹ ਵੱਲੇ ਵੀ ਜੀ। ਭਾਈ ਖਾਲ ਸਾਹਿਬ ਜੀ ਕੀ ਫਤਿਹ? ਠੀਕ ਹੈ ਜੀ, ਹੋਰ ਸੁਣਾਓ? ਠੀਕ ਠਾਕ ਸੇਤਾ ਜੀ? ਹਾਂ ਵੀਰ ਜੀ ਨੂੰ ਸੁਣਿਆ ਤੇ ਕਾਫੀ ਹੈਰੀ, ਪਰ ਵੇਖਿਆ ਅੱਜ ਪਹਿਲੀ ਵਾਰ ਅੱਜ ਪਛਾਣ ਚ ਵੀ ਘੱਟ ਆਉਂਦਾ ਹੋਊਗਾ ਨਾ ਅੱਜ ਮੈਂ ਬਾਬਾ ਜੀ ਦਸਤਾਰ ਸਜਾਈ ਹੈ ਜਰਾ ਆਇਓ ਤੇ ਬਹੁਤ ਸੋਹਣੀ ਸੇਵਾ ਕਰਦੇ ਸਪੈਸ਼ਲ ਬੱਚਿਆਂ ਦਾ। ਭਾਈ ਇੱਕ ਫੋਟੋ ਫੋੜੋ ਜੀ ਸਾਰੇ ਜੀ। ਆਜੋ ਆਜੋ ਵੀਰੇ ਆਜੋ ਉਹ ਫੋੜੋ ਉਹਨੂੰ ਫੋੜ ਕਰ ਸਜਾਓ। ਧੰਨਵਾਦ ਰਾਮਦਾਸ ਜੀ, ਸ਼ੁਕਰ ਹੈ ਜੀ। ਧੰਨ ਗੁਰੂ ਨਾਨਕ ਤੇਰਾ ਤੇਰਾ ਮੈਡੀਕਲ ਸਟੋਰ ਬਣ ਗਿਆ ਪਟਿੰਗੀ ਚੋ ਰਮਦਾਸ ਆਸ਼ਰਮ ਬਣਾਇਆ ਰਮਦਾਸ। ਹਾਂਜੀ ਤੁਹਾਡਾ ਬਣ ਰਿਹਾ ਤੇ ਆਪਣੀ ਵਾਹਿਗੁਰੂ ਦੀ ਮਿਹਰ ਨਾਲ ਹਫ਼ਤਾ ਹੋ ਗਿਆ, ਸ਼ੁਰੂਆਤ ਹੋ ਗਈ ਆ ਮੋਦੀ ਖਾਨੇ ਦੀ। ਔਰ ਇੱਕ ਨਿੱਕੀ ਜੀ ਨਵੀਂ ਨਵੀਂ ਰੂਹ ਆਈ ਹੈ ਜੀ, ਕਿਤੇ ਕੁਝ ਮੈਂ ਗੁਰਬਾਣੀ ਬਾਰੇ ਬੋਲਣਾ ਚਾਹੁੰਦੀ ਹਾਂ। ਖੁਦ ਬੋਲ ਆਪ ਹੀ ਕਰਨਾ ਬੋਲੋ ਬੋਲ। ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ, ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ, ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ, ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸੱਤਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਰਾਇ ਜੀ, ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ, ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ,
ਦਸਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਾਂ ਪਾਤਸ਼ਾਹਾਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਆਪਣੀਆਂ ਜੜ੍ਹਾਂ ਨੇ, ਇਹ ਜੜ੍ਹਾਂ ਜਿਉਂ ਜਿਉਂ ਪਾਣੀ ਪਾਈ ਜਾਵਾਂਗੇ ਇਹ ਵਿਚਾਰੇ ਚੰਗੀਆਂ ਰੂਹਾਂ ਬਣਾਉਣਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਲੋ ਵੀ ਪਛਾਣ ਮਿਲ ਗਿਆ ਜੀ। ਤੁਹਾਡੀ ਪਹਿਲੀ ਮੂਵੀ ਵੇਖੀ ਨਾ, ਮੇਰਾ ਤੁਸੀਂ ਯਕੀਨ ਨਹੀਂ ਕਰ ਸਕਦੇ, ਮੈਂ ਇੰਨਾ ਮੇਰਾ ਮਨ ਦੁਖੀ ਹੋਇਆ ਨਾ, ਕੋਈ ਨਾ ਲਫ਼ਜ਼ ਨਹੀਂ ਹੈਗਾ ਜਿਹੜਾ ਮੈਂ ਆਖਿਆ। ਮੈਂ ਆਈ ਇੱਦਾਂ ਦੇ ਵੀ ਇਨਸਾਨ ਹੈ ਜਿਹੜੇ ਵੇਖੋ ਆਪਣੇ 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 ਭੈਣ ਭਰਾ ਨਹੀਂ। ਇੰਨੀ ਮੈਂ ਤੁਹਾਡੀ ਮੂਵੀ ਵੇਖ ਕੇ ਮੇਰਾ ਮਨ, ਜਦੋਂ ਤੁਸੀਂ ਸਾਰੇ ਕੱਪੜੇ ਲਾ ਕੇ ਵਿਖਾਏ ਨਾ, ਦੁੱਖ ਭੰਜਣੀ ਬੇਰੀ ਥੱਲੇ ਨਾ ਆਹੋ ਜਿੱਦਣ ਆਪਾਂ ਉੱਥੇ ਗਏ ਉਦਣ ਵੀ ਨਾ ਵਿਦਿਆ ਨਾ ਆਪਣਾ ਫੇਸ ਸਾਰਾ ਦਿਖਾਇਆ ਨਾ, ਤੁਸੀਂ ਉਦਣ ਵੇਖ ਕੇ ਮੈਂ ਉਹਨੇ ਉਦੋਂ ਤਾਂ ਧਾਰ ਲਿਆ ਮੈਂ, ਮੈਨੂੰ ਮਹਾਰਾਜ ਕਿਤੇ ਉਹ ਇਨਸਾਨ ਨਾ ਮਿਲਾਈ ਜ਼ਰੂਰ। ਧੰਨ ਗੁਰੂ ਰਾਮਦਾਸ ਜੀ ਬਾਦਸ਼ਾਹ, ਕੱਪੜੇ ਪਾਇਆ ਕੋਈ ਗੈਸ ਨਹੀਂ ਕਰ ਸਕਦਾ, ਪਛਾਣ ਨਹੀਂ ਸਕਦਾ। ਮੇਰੇ ਖੁਦ ਨੂੰ ਕੋੜ ਹੋਇਆ ਸੀ, ਖੁਦ ਦੇ ਕੀੜੇ ਪਏ ਸੀ 2010 ਦੀ ਲਾਸਟ। ਕੋਈ ਕਹਿੰਦੇ ਮੇਰੇ ਲੱਗੇ ਪਾਣੀ ਨਹੀਂ ਸੀ ਦਿੱਤਾ, ਤੇ ਅੱਜ ਮਤਲਬ ਕਿ 1 ਰੁਪਏ ਦੀ ਦਵਾਈ ਤੱਕ ਨਹੀਂ ਚੱਲਦੀ ਵੀ ਜੀ। ਕਿੱਥੋਂ ਮੇਰੇ ਪੀਜੀਆਈ ਨਹਿਰੂ ਹਸਪੀਟਲ ਤੋਂ ਜਵਾਬ ਮਿਲਿਆ ਸੀ, ਅੱਜ ਦੇ TRC ਹੁੰਦੀ ਆ ਇਹ, ਮੇਰੀ 74,000 ਪਹੁੰਚ ਗਈ ਸੀ ਇਨਫੈਕਸ਼ਨ। ਅੱਜ ਮੈਂ ਪੂਰਾ ਸਹੀ ਹਾਂ। ਇੱਕ ਮੈਂ ਪੇਸ਼ੈਂਟ ਲੈ ਕੇ ਗਿਆ ਤਰਨ ਤਾਰਨ, ਉਸ ਗੁੜੀਆ ਦੀ ਨਾ ਇਨਫੈਕਸ਼ਨ ਸੀਗੀ 30,000, ਤੇ ਡਾਕਟਰ ਕਹਿੰਦਾ ਯਾਰ ਇਹਨੂੰ ਇੰਨੀ ਇਨਫੈਕਸ਼ਨ ਆ ਤੇ ਤੁਸੀਂ ਕਿੱਥੇ ਫਿਰਦੇ ਸੀ, ਇਹ ਤੇ ਗੁੜੀਆ ਨੇ ਬਚਣਾ ਨਹੀਂ ਆ। ਮੈਂ ਕਿਹਾ ਡਾਕਟਰ ਸਾਹਿਬ ਜੇ ਬਚਣਾ ਹੋਇਆ ਨਾ ਤੇ ਰੱਬ ਨੇ ਇਹਨੂੰ ਮਤਲਬ 50,000 ਚ ਵੀ ਰੱਖ ਲੈਣਾ। ਉਹ ਮੈਨੂੰ ਕਹਿੰਦੇ 30,000 ਤੋਂ ਜਿਹੜਾ ਪਲੱਸ ਹੋ ਜਾਏ ਜਾਂ 20-30 ਪਲੱਸ ਹੋ ਜਾਏ ਉਹ ਬੰਦਾ ਬਚਦਾ ਨਹੀਂ ਆ। ਮੈਂ ਆਪਣਾ ਸਰੀਰ ਦਿਖਾਇਆ, ਮੈਂ ਮੇਰੇ 72,000 ਹੋ ਗਈ ਸੀ, ਤੇ ਮੈਂ ਤੁਹਾਡੇ ਸਾਹਮਣੇ ਆ ਨਾ, ਜਿਹਨੇ ਰੱਬ ਨੇ ਜਿਹਨੂੰ ਰੱਖਣਾ ਉਹ ਬਲਦੀ 'ਚ ਵੀ ਰੱਖ ਲੈਣਾ। ਤੇ ਮੈਨੂੰ ਮਾਤਾ ਜੀ ਵੀਰ ਜੀ ਮੈਨੂੰ ਇੱਕੋ ਗੱਲ ਮੇਰੇ ਨਾ ਮਾਇੰਡ 'ਚ ਘੁੰਮਦੀ ਰਹਿੰਦੀ ਆ ਕਿ ਜੇਕਰ ਮੈਂ ਠੀਕ ਨਾ ਹੁੰਦਾ ਹੋ ਸਕਦਾ ਮੈਂ ਹੀ ਕਿਸੇ ਆਸ਼ਰਮ 'ਚ ਵਿਆਹ ਹੁੰਦਾ। ਠੀਕ ਹੈ ਜੀ, ਇਸ ਤੋਂ ਵੱਧ ਕੀ ਚਾਹੀਦਾ ਹੈ। ਪਰਮਾਤਮਾ ਨੇ ਤੁਹਾਨੂੰ ਆਪਣੇ ਘਰ ਲਈ ਚੁਣਿਆ, ਤੁਸੀਂ ਉਹਦੇ ਘਰ ਦੀ ਸੇਵਾ ਕਰ ਰਹੇ ਹੋ, ਗੁਰੂ ਦੇ ਘਰ ਦੀ ਸੇਵਾ ਕਰ ਰਹੇ ਹੋ। ਦੁਨੀਆਂ ਦੇ ਵਿੱਚ ਨਾ ਜਦੋਂ ਕੋਈ ਇਨਸਾਨ ਪੜ੍ਹ ਲਿਖ ਕੇ ਜਦੋਂ ਮਚੋਰ ਹੁੰਦਾ, ਜਦੋਂ ਸਮਝ 'ਚ ਆਉਂਦਾ, ਮਾੜੀ ਮੋਟਾ ਸਮਝ ਆਉਂਦੀ ਹੈ ਸਾਨੂੰ ਦੁਨੀਆਦਾਰੀ ਬਾਰੇ, ਹਰ ਬੰਦਾ ਕੋਈ ਨਾ ਕੋਈ ਕੰਮ ਕਾਰ ਲਈ ਘਰੋਂ ਨਿਕਲਦਾ, ਕੋਈ ਦੁਕਾਨਾਂ ਖੋਲ੍ਹਦਾ, ਕੋਈ ਆਪਦਾ ਖੇਤੀਬਾੜੀ ਕਰਦਾ, ਕੋਈ ਨੌਕਰੀਆਂ ਕਰਦਾ, ਫਾਰਮ ਭਰਦਾ ਕੋਈ ਨਾ ਕੋਈ, ਹੈ ਨਾ। ਤੁਸੀਂ ਵੀ ਇੱਕ ਫਾਰਮ ਭਰਿਆ ਸੀ ਜਿਹੜਾ ਤੁਹਾਨੂੰ ਨਹੀਂ ਪਤਾ ਲੱਗਿਆ, ਉਸ ਘਰ ਦੇ ਵਿੱਚ ਫਾਰਮ ਮਨਜ਼ੂਰ ਹੋਇਆ ਤੇ ਤੁਹਾਨੂੰ ਉਹਨੇ ਨੌਕਰੀ ਦਿੱਤੀ ਆਪਦੇ ਘਰ ਦੀ। ਹੁਣ ਤੁਸੀਂ ਗੁਰੂ ਦੇ ਘਰ ਦੀ ਨੌਕਰੀ ਕਰਦੇ, ਉਹਨੇ ਚੁਣਿਆ ਤੁਹਾਨੂੰ ਆਪਣੇ ਲਈ। ਹੁਣ ਪਤਾ ਸੀ ਕਿ ਇਹ ਰੂਹ ਜਿਹੜੀ ਇਸ ਟਾਈਮ ਇਸ ਹਾਲਾਤਾਂ ਦੇ ਵਿੱਚ ਹੈ ਨਾ, ਉਸ ਰੂਹ ਨੂੰ ਰੂਹ ਕਿੱਦਾਂ ਬਣਾਉਣਾ ਆ, ਉਹ ਪਰਮਾਤਮਾ ਨੇ ਤੁਹਾਨੂੰ ਬਣਾ ਕੇ ਇੱਕ ਨਵਾਂ ਜਨਮ ਹੀ ਮਿਲ ਗਿਆ ਤੁਹਾਨੂੰ, ਬਸ ਇਹ ਸਮਝੋ ਤੁਸੀਂ ਇੱਕ ਨਵੀਂ ਜ਼ਿੰਦਗੀ ਦਿੱਤੀ ਉਸ ਮਹਾਰਾਜ ਨੇ ਤੁਹਾਨੂੰ, ਸੱਚੇ ਪਾਤਸ਼ਾਹ ਨੇ ਤੁਹਾਡੇ 'ਤੇ ਮਿਹਰ ਕੀਤੀ ਆ। ਬਸ ਇਹਨੂੰ ਇੱਦਾਂ ਹੀ ਸਾਫ਼ ਸੁਥਰੀ ਨੀਅਤ ਨਾਲ, ਇੱਦਾਂ ਹੀ ਸੱਚੇ ਮਨ ਦੇ ਨਾਲ ਨਿਭਾਈ ਜਾਓਗੇ। ਇੱਕ ਗੋਲੀ ਵੀ, ਇੱਕ ਮੈਂ ਕਹਿੰਦਾ ਦਵਾਈ ਤਾਂ ਨੇੜੇ ਤੇੜੇ ਵੀ ਹੈ ਨਹੀਂ ਕਿਸੇ ਵੀ ਤਰ੍ਹਾਂ ਦਾ, ਕੋਈ ਤੁਹਾਨੂੰ ਵੈਦ ਦੇ ਵੀ ਜਾਣ ਦੀ ਲੋੜ ਨਹੀਂ ਪੈਣੀ, ਤੁਹਾਡੇ 'ਚ ਇੰਨੀ ਤਾਕਤ ਰਹੇਗੀ ਰੂਹ ਦੀ, ਖੁਰਾਕ ਤੁਹਾਡੀ ਉਸ ਮਹਾਰਾਜ ਦੀ ਮਿਹਰ ਕਿੰਨੇ ਦੀ ਹੁੰਦੀ ਹੈ ਨਾ। ਉਹ ਪੁੱਠਾ ਲੰਮੇ ਪਿਆ ਸੀਗਾ, ਲੋਹੇ ਦਾ ਸਕੰਜਾ ਬਣਾ ਕੇ ਨਾ ਉਹ ਤ੍ਰਿਸ਼ਾ ਇੱਦਾਂ ਉਹ ਮੇਰੇ ਉੱਪਰ ਪਾਇਆ ਹੁੰਦਾ ਸੀਗਾ। ਹੌਸਪੀਟਲ ਦੇ ਵਿੱਚ ਐਡਮਿਟ, ਉਹ ਹੀ ਹੌਸਪੀਟਲ ਅੰਮ੍ਰਿਤਸਰ, ਮੈਂ ਦੱਸ ਹੀ ਦਿੰਦਾ, ਉੱਥੇ ਐਡਮਿਟ
ਚਲੋ ਮੈਂ ਥੋੜ੍ਹਾ ਜਿਹਾ ਠੀਕ ਹੋਣਾ ਸ਼ੁਰੂ ਹੋ ਗਿਆ ਅਤੇ ਡਾਕਟਰ ਸਾਹਿਬ ਕਹਿੰਦੇ ਕਿ ਇਹਨੂੰ ਹੁਣ ਕੋਈ ਨਾ ਕੋਈ ਲਿਕੁਇਡ ਦੇਣਾ ਸ਼ੁਰੂ ਕਰੋ ਜਾਂ ਕੋਈ ਮਾੜਾ ਮੋਟਾ ਹੈ ਨਾ ਜਿਵੇਂ ਪਨੀਰ ਪਨੂਰ ਜਿਹੜੀ ਸੌਫਟ ਜਿਹੀ ਚੀਜ਼ਾਂ ਹੁੰਦੀਆਂ ਉਹ ਦੇਣਾ ਸ਼ੁਰੂ ਕਰੋ ਅਤੇ ਮਾਤਾ ਜੀ ਇੱਕ ਦਿਨ ਮੇਰੇ ਤੋਂ ਐਸਾ ਸੀਗਾ ਕਿ ਲੋਕਾਂ ਨੂੰ ਤਾਂ ਰਿਜਕ ਮਿਲ ਪਾਲਿਆ ਚੱਲ ਫਿਰ ਹੱਥ ਪੈ ਨਹੀਂ ਸੀ ਅਤੇ ਮੰਮੀ ਮੇਰੇ ਨੇ ਮੇਰੇ ਮੂੰਹ 'ਚ ਪਾਤਾ ਉਹ ਮੈਂ ਚੇਥੀ ਵੀ ਲਿਆ ਮੂੰਹ 'ਚ ਵੀ ਪਾਲਿਆ ਪਰ ਇੱਥੋਂ ਥੱਲੇ ਖੜਨ ਦੀ ਪਾਵਰ ਨਹੀਂ ਸੀ ਹੈਗੀ ਉਹ ਚੀਜ਼ ਨੂੰ ਮਾਤਾ ਜੀ ਮੈਨੂੰ ਦੁਬਾਰਾ ਡਸਟਬਿਨ 'ਚ ਸੁੱਟਣਾ ਪਿਆ ਇਹ ਐਵੇਂ ਦੇ ਦਿਨ ਵੇਖਿਆ ਕਿ ਮੂੰਹ 'ਚ ਵੀ ਚੀਜ਼ ਪਾਈ ਵੀ ਮੇਰੇ ਨਸੀਬਾਂ 'ਚ ਨਹੀਂ ਸੀ ਲਿਖੀ ਖਾਣੀ ਨਹੀਂ ਸੀ ਲਿਖੀ ਅਤੇ ਜੇਕਰ ਹੁਣ ਰੱਬ ਨੇ ਤੰਦਰੁਸਤੀ ਦਿੱਤੀ ਇੰਨਾ ਸੋਹਣਾ ਕੋਈ ਤੁਸੀਂ ਵੇਖ ਲਓ ਹਿਸਾਬ ਲੈ ਲਓ ਕਿ ਇੱਥੋਂ ਲੈ ਕੇ ਅਤੇ ਇੱਥੋਂ ਤੱਕ ਜ਼ਖਮ ਆ ਤਾਂ ਹੱਥ ਪੈਰ ਮੂੰਹ ਪੂਰੇ ਸਹੀ ਆ ਕੋਈ ਗੈਸ ਨਹੀਂ ਕਰ ਸਕਦਾ ਕਿ ਮੇਰਾ ਸਰੀਰ ਕਿਤੇ ਸਾਰਾ ਹੀ ਇੱਦਾਂ ਅਤੇ ਪੂਰੀ ਤੰਦਰੁਸਤੀ ਆ ਮੈਰਿਜ ਹੋਈ ਆ ਦੋ ਬੱਚੇ ਆ ਮੇਰੇ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਹਾਂ ਹਾਂਜੀ ਅਤੇ ਲੋਕੀ ਕਈ ਨਾ ਕਈ ਲੋਕ ਮੈਨੂੰ ਕਹਿੰਦੇ ਯਾਰ ਤੂੰ ਹਰ ਕਿਉਂ ਆਪਣੇ ਕੱਪੜੇ ਲਾ ਕੇ ਵਿਖਾ ਦਿੰਦਾ ਮੈਂ ਕਿਹਾ ਮੈਂ ਗੁਰੂ ਦੀ ਜੇ ਮੇਰੇ ਗੁਰੂ ਨੇ ਮੇਰੇ 'ਤੇ ਵਡਿਆਈ ਕੀਤੀ ਆ ਤਾਂ ਮੈਂ ਕਿਉਂ ਨਾ ਗੁਰੂ ਦਾ ਜਸ ਗਾਵਾਂ ਠੀਕ ਹੈ ਜੀ ਦੱਸਣਾ ਚਾਹੀਦਾ ਜਦੋਂ ਆਪਾਂ ਹਰਿਮੰਦਰ ਸਾਹਿਬ ਕੋਈ ਹਰਿਮੰਦਰ ਸਾਹਿਬ ਕੋਈ ਆਪਾਂ ਚੀਜ਼ ਦੇਖਦੇ ਹਾਂ ਵੀ ਯਾਰ ਇੱਥੇ ਹਰਿਮੰਦਰ ਸਾਹਿਬ 'ਚ ਕਿਸੇ ਦੀ ਕੈਂਸਰ ਠੀਕ ਹੋਈ ਆ ਉਹਦੇ ਨਾਲ ਬੰਦੇ ਦੀ ਵਿਸ਼ਵਾਸ ਵੱਧਦਾ ਸਰ ਸ਼ਰਧਾ ਵੱਧਦੀ ਠੀਕ ਹੈ ਜੀ ਅਤੇ ਜੇਕਰ ਇਹ ਦੱਸਣਾ ਚਾਹੀਦਾ ਵਾ ਮੇਰੀ ਤਾਂ ਵੀ ਐਵੇਂ ਦੀ ਕੰਡੀਸ਼ਨ ਆ ਕਿ ਆਪਾਂ ਜਿਵੇਂ ਬੈਂਕ ਲੋਕ ਸੇਵਾ ਕਰਦੇ ਫਲ ਮਿਲਦਾ ਮੈਨੂੰ ਮਾਤਾ ਜੀ ਪਹਿਲਾਂ ਫਲ ਮਿਲਿਆ ਫਿਰ ਮੈਂ ਇੱਧਰਲੇ ਬੰਨਿਆ ਮੈਂ ਦੇਖ ਸਕਦਾ ਨਾ ਜਿਵੇਂ ਬੈਂਕ 'ਚੋਂ ਆਪਾਂ ਲੋਨ ਨਹੀਂ ਲੈ ਲੈਂਦੇ ਕਰਜ਼ਾ ਲੈ ਲੈਂਦੇ ਹਾਂ ਅਤੇ ਬਾਅਦ 'ਚ ਹੌਲੀ ਹੌਲੀ ਕਿਸ਼ਤਾਂ ਦੇ ਵਿੱਚ ਤਾਰੀ ਦਾ ਵਾ ਇਹਦੇ ਵਿੱਚ ਕਿਸ਼ਤਾਂ 'ਚ ਰੱਬ ਕਰਜ਼ਾ ਲੈਣ ਜ਼ਰੂਰ ਜ਼ਰੂਰ ਵੀਜੀ ਜ਼ਰੂਰ ਜੀ ਜ਼ਰੂਰ ਜੀ ਆਪ ਜੀ ਦਾ ਨੰਬਰ ਮੇਰੇ ਕੋਲ ਹੈਗਾ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਮਾਫੀ ਦਿਓ ਮੈਨੂੰ ਚਲੀਏ ਮਹਾਰਾਜ ਆਪਾਂ ਚੰਗਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵੀ ਜੀ ਤੁਹਾਡਾ ਰੱਬ ਤੁਹਾਨੂੰ ਤੰਦਰੁਸਤੀ ਦੇ ਆਜੋ ਵੀਰ ਜੀ ਵਾਹਿਗੁਰੂ ਸ਼ੁਕਰ ਹੈ ਰਾਮ ਜੀ ਆਜੋ 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 ਨਾ